ਕਰ ਕਰ ਬਾਬਾ ਪੂਜੀਐ, ਕਰ ਕਰ ਬਾਬਾ ਪੂਜੀਐ, ਕਰ ਕਰ ਬਾਬਾ ਪੂਜੀਐ, ਕਰ ਕਰ ਬਾਬਾ ਪੂਜੀਐ। ਹਿੰਦੂ ਮੁਸਲਮਾਨ ਗਵਾਈ, ਹਿੰਦੂ ਮੁਸਲਮਾਨ ਗਵਾਈ, ਹਿੰਦੂ ਮੁਸਲਮਾਨ ਗਵਾਈ, ਹਿੰਦੂ ਮੁਸਲਮਾਨ ਗਵਾਈ, ਹਿੰਦੂ ਮੁਸਲਮਾਨ ਗਵਾਈ। ਕਰ ਕਰ ਬਾਬਾ ਪੂਜੀਐ, ਕਰ ਕਰ ਬਾਬਾ ਪੂਜੀਐ, ਕਰ ਕਰ ਬਾਬਾ ਪੂਜੀਐ, ਕਰ ਕਰ ਬਾਬਾ ਪੂਜੀਐ। ਸਾਣੀ ਕਾਸ ਦੀ ਤਰੀ ਨਿਸਾਣੀ ਕਾਸ ਦੀ, ਮੱਕੇ ਅੰਦਰ ਪੂਜ ਕਰਾਈ, ਮੱਕੇ ਅੰਦਰ ਪੂਜ ਕਰਾਈ, ਜਿੱਥੇ ਜਾਏ ਜਗਤ ਵਿੱਚ, ਜਿੱਥੇ ਜਾਏ ਜਗਤ ਵਿੱਚ, ਬਾਬੇ ਬਾਜ ਨਾ ਖਾਲੀ ਜਾਈ, ਬਾਬੇ ਬਾਜ ਨਾ ਖਾਲੀ ਜਾਈ। ਕਰ ਕਰ ਬਾਬਾ ਪੂਜੀਐ, ਕਰ ਕਰ ਬਾਬਾ ਪੂਜੀਐ, ਕਰ ਕਰ ਬਾਬਾ ਪੂਜੀਐ, ਕਰ ਕਰ ਬਾਬਾ ਪੂਜੀਐ। ਛੱਪੇ ਨਾਹੇ ਛਪਾਇਆ, ਛੱਪੇ ਨਾਹੇ ਛਪਾਇਆ, ਚੜਿਆ ਸੂਰਜ ਜਗ ਰੁਸ਼ਨਾਈ, ਚੜਿਆ ਸੂਰਜ ਜਗ ਰੁਸ਼ਨਾਈ, ਬੁਕਿਆ ਸਿੰਘ ਉਜਾੜ ਵਿੱਚ, ਸਿੰਘ ਉਜਾੜ ਵਿੱਚ, ਸਭ ਮਿਰਗਾਵਲ ਬੰਨੀ ਜਾਈ, ਸਭ ਮਿਰਗਾਵਲ ਬੰਨੀ ਜਾਈ। ਕਰ ਕਰ ਬਾਬਾ ਪੂਜੀਐ, ਕਰ ਕਰ ਬਾਬਾ ਪੂਜੀਐ, ਕਰ ਕਰ ਬਾਬਾ ਪੂਜੀਐ, ਕਰ ਕਰ ਬਾਬਾ ਪੂਜੀਐ। ਚੜਿਆ ਚੰਦ ਨਾ ਲੁਕਾਈ, ਚੜਿਆ ਚੰਦ ਨਾ ਲੁਕਾਈ, ਕੱਢ ਕੁੰ
ਛਪਾਈ ਕੱਢ ਕੁਨਾਲੀ ਜੋਤ ਛਪਾਈ ਉਗਵਣ ਤੇ ਆਥ ਬਣੋ ਉਗਵਣ ਤੇ ਆਥ ਬਣੋ ਨੌਖੰਡ ਪ੍ਰਿਥਵੀ ਸਭਾ ਚੁਕਾਈ ਜਗ ਅੰਦਰ ਕੁਦਰਤ ਵਰਤਾਈ ਘਰ ਘਰ ਬਾਬਾ ਪੂਜੀਐ ਘਰ ਘਰ ਬਾਬਾ ਪੂਜੀਐ ਘਰ ਘਰ ਬਾਬਾ ਪੂਜੀਐ ਘਰ ਘਰ ਬਾਬਾ ਪੂਜੀਐ ਹਿੰਦੂ ਮੁਸਲਮਾਨ ਗਵਾਈ 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 ਘਰ ਘਰ ਬਾਬਾ ਪੂਜੀਐ 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 ਤੂੰ ਮਨ ਵਸਿਆ ਤੂੰ ਮਨ ਵਸਿਆ ਲੱਗੇ ਨਾ ਦੁੱਖਾ ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ ਤੂੰ ਮਨ ਵਸਿਆ ਤੂੰ ਮਨ ਵਸਿਆ ਲੱਗੇ ਨਾ ਦੁੱਖਾ ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ ਤੂੰ ਮੇਰੋ ਪਿਆਰੋ ਤਾਂ ਕੈਸੀ ਨਿਤ ਤੇਰੇ ਸਗਲ ਨਿਦਾਨ ਇੱਛਾ ਪੂਰਕ ਰੱਖੇ ਨਿਦਾਨ ਤੂੰ ਮਨ ਵਸਿਆ ਤੂੰ ਮਨ ਵਸਿਆ ਲੱਗੇ ਨਾ ਦੁੱਖਾ ਤੂੰ ਮੇਰੋ ਪਿਆਰੋ ਤਾਂ ਕੈਸੀ
ਤੇਰਾ ਸੱਚ ਫੁਰਮਾਨ, ਤੂੰ ਮਨ ਵਸਿਆ, ਤੂੰ ਮਨ ਵਸਿਆ, ਲੱਗੇ ਨਾ ਦੁੱਖਾ, ਤੂੰ ਮੇਰੋ ਪਿਆਰੋ ਤਾਂ ਕੈਸੀ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ, ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ, ਅਨਾਥਾਂ ਤੇਰਾ ਮਾਣਾ, ਗਰੀਬ ਅਨਾਥਾਂ ਤੇਰਾ ਮਾਣਾ, ਗਰੀਬ ਅਨਾਥਾਂ ਤੇਰਾ ਮਾਣਾ, ਕਹਿਆ ਕਰਨਾ ਦਿੱਤਾ ਲੈਣਾ ਗਰੀਬ ਅਨਾਥਾਂ ਤੇਰਾ ਮਾਣਾ, ਕਹਿਆ ਕਰਨਾ ਦਿੱਤਾ ਲੈਣਾ ਗਰੀਬ ਅਨਾਥਾਂ ਤੇਰਾ ਮਾਣਾ।
ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਕਹਿਆ ਕਰਨਾ ਦਿੱਤਾ ਲੈਣਾ, ਗਰੀਬ ਅਨਾਥਾਂ ਤੇਰਾ ਮਾਣਾ, ਕਹਿਆ ਕਰਨਾ ਦਿੱਤਾ ਲੈਣਾ, ਗਰੀਬ ਅਨਾਥਾਂ ਤੇਰਾ ਮਾਣਾ, ਗਰੀਬ ਤੇਰਾ ਮਾਣਾ। ਗਰੀਬਾਂ ਦਾ ਕੌਣ ਹੁੰਦਾ? ਗੁਰੂ ਨਾਨਕ ਹੁੰਦਾ। ਗੁਰੂ ਨਾਨਕ ਹੀ ਗਰੀਬਾਂ ਦੀ ਸੰਭਾਲ ਕਰਨ ਵਾਲਾ, ਗਰੀਬਾਂ ਨੂੰ ਨਿਵਾਜਣ ਵਾਲਾ ਗਰੀਬ ਨਿਵਾਜ ਹੈ। ਸੰਸਾਰ ਨੂੰ ਤਾਰਨ ਲਈ ਜਿਸ ਵੇਲੇ ਮੇਰੇ ਪਾਤਸ਼ਾਹ ਘਰੋਂ ਤੁਰੇ ਨਾ, ਤੇ ਕਿਸੇ ਅਮੀਰ ਸ਼ਾਹੂਕਾਰ ਦੇ ਘਰ ਜਾ ਕੇ ਚਰਨ ਨਹੀਂ ਪਾਏ, ਗੁਰੂ ਨਾਨਕ ਮਹਾਰਾਜ ਜੀ ਇੱਕ ਕੱਖਾਂ ਦੀ ਕੁੱਲੀ ਹੈ ਤੇ ਉਹਦਾ ਬੂਹਾ ਖੜਕਾਰ ਰਹੇ ਹਨ, ਲਾਲੋ ਪਿਆਰਿਆ ਬੂਹਾ ਖੋਲ। ਮਰਦਾਨੇ ਨੇ ਆਵਾਜ਼ ਦਿੱਤੀ, ਲਾਲੋ ਜੀ ਬੂਹਾ ਖੋਲੋ ਭਾਈ, ਲੋਕ ਪਰਲੋਕ ਦਾ ਮਾਲਿਕ ਅੱਜ ਤੁਹਾਡੇ ਘਰ ਚਰਨ ਪਾ ਰਿਹਾ। ਲਾਲੋ ਨੇ ਆਵਾਜ਼ ਸੁਣੀ, ਵੀ ਐਡੀ ਮਿੱਠੀ ਆਵਾਜ਼, ਇਹ ਮੇਰੇ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਨਹੀਂ ਹੋ ਸਕਦੀ। ਜਿਸ ਵੇਲੇ ਬੂਹਾ ਖੋਲਿਆ, ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕੀਤੇ, ਕਹਿਣ ਲੱਗਾ ਜੀ ਬਾਹਰ ਤੇ 14ਵੀਂ ਦਾ ਚੰਨ ਚੜਿਆ ਹੋਇਆ, ਬਾਹਰ ਤੇ ਆਪ ਉਸੇ ਰੂਪ ਵਿੱਚ ਮੈਨੂੰ ਦਰਸ਼ਨ ਦੇ ਰਹੇ ਹੋ ਜਿਸ ਰੂਪ ਵਿੱਚ ਮੈਂ ਆਪ ਜੀ ਦੀ ਸੋਹਣੀ ਮੂਰਤ ਹਿਰਦੇ ਵਿੱਚ ਵਸਾ ਕੇ ਆਪ ਜੀ ਦਾ ਸਿਮਰਨ ਕਰ ਰਿਹਾ ਸਾਂ, ਪ੍ਰਭੂ ਦੇ ਗੁਣ ਗਾ ਰਿਹਾ ਸਾਂ। ਮਹਾਰਾਜ ਕਹਿਣ ਲੱਗੇ, ਲਾਲੋ ਇਹ ਤੇਰਾ ਹੀ ਤੇ ਪਿਆਰ ਸਾਨੂੰ ਖਿੱਚ ਲਿਆ ਹੈ, ਇਹ ਤੇਰੇ ਮੋਹ ਦੀਆਂ ਤੰਦਾਂ ਹੀ ਤੇ ਸਾਨੂੰ ਖਿੱਚ ਲਿਆਈਆਂ ਨੇ ਬਾਈ। ਸੇਵਕ ਜਿਤਨਾ ਗੁਰੂ ਨੂੰ ਪਿਆਰ ਕਰ ਰਿਹਾ, ਗੁਰੂ ਤੇ ਕਰੋੜਾਂ ਕਦਮ ਵੱਧ ਕੇ ਉਹਨੂੰ ਪਿਆਰ ਕਰਦਾ ਹੈ। ਅਸੀਂ ਆਪ ਚੱਲ ਕੇ ਤੇਰੇ ਘਰ ਆਇਆ, ਤੇਰੇ ਪਿਆਰ ਦੇ ਬੰਨੇ ਹੋਏ ਭਾਈ। ਲਾਲੋ ਨੇ ਬੜੇ ਅਦਬ ਸਤਿਕਾਰ ਨਾਲ ਫੱਟੀ ਪੁਰਾਣੀ ਕੰਬਲੀ ਵਿਛਾ ਦਿੱਤੀ, ਆਖਿਆ ਮਹਾਰਾਜ ਗਰੀਬਾਂ ਦੇ ਘਰ ਤੇ ਹੀ ਕੁਝ ਹੈ, ਲਾਲੋ ਇਹੀ ਤੇ ਸਾਨੂੰ ਚਾਹੀਦਾ। ਕੋਦਰੇ ਦਾ ਸੁੱਕਾ ਪ੍ਰਸ਼ਾਦਾ ਅੱਗੇ ਲਿਆ ਰੱਖਿਆ, ਮਰਦਾਨਾ ਜੀ ਪ੍ਰਸ਼ਾਦਾ ਛਕੋ,
ਮਰਦਾਨੇ ਨੇ ਤੱਕਿਆ ਤੇ ਕਹਿਣ ਲੱਗਾ ਵੀ ਸ਼ੁੱਕਾ ਪ੍ਰਸ਼ਾਦਾ ਛਕਾਂ। ਆਖਿਆ ਹਾ ਮਹਾਰਾਜ, ਮੇਰੇ ਕੋਲ ਪ੍ਰਸ਼ਾਦਾ ਚੋਪੜਨ ਦੀ ਕੋਈ ਸਮਰੱਥਾ ਨਹੀਂ ਹੈ, ਇਹ ਤੇ ਇਹੀ ਜੋ ਰੁੱਖ ਹਮੇਸ਼ਾ ਹੈ, ਇਹ ਆਪ ਜੀ ਆਪਣੀ ਰਸ਼ਨਾ ਤੇ ਲਾ ਲਓ ਤੇ ਮੈਨੂੰ ਸ਼ੁਮਤ ਬਖਸ਼ਿਸ਼ ਕਰੋ, ਮੇਰੀ ਕੀਤੀ ਹੋਈ ਸੇਵਾ ਆਪਣੇ ਚਰਨਾਂ ਵਿੱਚ ਪ੍ਰਵਾਨ ਕਰ ਲਓ। ਗੁਰੂ ਨਾਨਕ ਮਹਾਰਾਜ ਨੇ ਸਮਝਾਇਆ, ਮਰਦਾਨਾ ਜੀ, ਵਾਹਿਗੁਰੂ ਦਾ ਨਾਮ ਲੈ ਕੇ ਇੱਕ ਬੁਰਕੀ ਮੁੱਖ ਵਿੱਚ ਪਾਓ, ਰਸ਼ਨਾ ਤੇ ਰੱਖੋ, ਤੇ ਇਹਦੇ ਵਿੱਚੋਂ ਤੁਹਾਨੂੰ ਅੰਮ੍ਰਿਤ ਸਵਾਦ ਪ੍ਰਾਪਤ ਨਾ ਹੋਵੇ ਤੇ ਫਿਰ ਕਹਿਣਾ। ਤੇ ਜਾਂ ਮਰਦਾਨੇ ਨੇ ਹੁਕਮ ਮੰਨ ਕੇ ਕੋਦਰੇ ਦੇ ਸੁੱਕੇ ਟੁੱਕਰ ਵਿੱਚੋਂ ਰਤਾ ਜਿਨ੍ਹਾਂ ਤੋੜ ਕੇ ਆ ਮੁੱਖ ਤੇ ਰੱਖਿਆ ਨਾ, ਤੇ ਅੱਜ ਉਹ ਅੰਮ੍ਰਿਤ ਰਸ਼, ਉਹ ਅੰਮ੍ਰਿਤ ਸਵਾਦ ਪ੍ਰਾਪਤ ਹੋਇਆ ਜਿਹੜਾ ਘੜੇ 36 ਪਦਾਰਥਾਂ ਵਿੱਚੋਂ ਵੀ ਨਹੀਂ ਸੀ ਮਿਲਿਆ। ਕਹਿਣ ਲੱਗਾ, ਹੇ ਗੁਰੂ ਨਾਨਕ ਮਹਾਰਾਜ, ਆਪ ਜੀ ਨੂੰ ਤੇ ਭੁੱਖ ਲੱਗਦੀ ਕੋਈ ਨਹੀਂ, ਆਪ ਤੇ ਨਾਮ ਦਾ ਭੋਜਨ ਛਕ ਦਿਓ, ਕੀਰਤਨ ਦਾ ਭੋਜਨ ਛਕ ਦਿਓ, ਇਹ ਆਪਣਾ ਪ੍ਰਸ਼ਾਦਾ ਵੀ ਮੈਨੂੰ ਦੇ ਦਿਓ, ਇਹ ਵੀ ਮੈਂ ਛਕ ਲਵਾਂ। ਮੇਰੇ ਧੰਨ ਗੁਰੂ ਨਾਨਕ ਮਹਾਰਾਜ, ਨਹੀਂ ਪਿਆਰਿਆ ਮਰਦਾਨਾ ਜੀ, ਜਦੋਂ ਲਾਲੋ ਵਰਗਾ ਕੋਈ ਪਿਆਰਾ ਸਾਨੂੰ ਭੋਜਨ ਛਕਾਉਂਦਾ ਤੇ ਮੈਨੂੰ ਵੀ ਭੁੱਖ ਲੱਗ ਆਉਂਦੀ ਹੈ। ਉਚਾਰਨ ਕਰੋ ਸ਼੍ਰੀ ਵਾਹਿਗੁਰੂ। ਬਾਬਾ ਨੰਦ ਸਿੰਘ ਜੀ ਕਿਹਾ ਕਰਦੇ ਸਨ ਕਿ ਅਸੀਂ ਕਹਿੰਦੇ ਹਾਂ ਵੀ ਗੁਰੂ ਨਾਨਕ ਭੋਜਨ ਨਹੀਂ ਛਕਦਾ, ਸਾਡਾ ਭੋਗ ਨਹੀਂ ਲਾਉਂਦਾ। ਆਖਿਆ ਜੇ ਲਾਲੋ ਵਾਲੀ ਭਾਵਨਾ ਮਨ ਵਿੱਚ ਹੋਵੇ, ਉਹ ਸ਼ਰਧਾ ਉਹ ਪਿਆਰ ਜੇ ਤੁਸੀਂ ਮਨ ਵਿੱਚ ਬਣਾਓ, ਤੇ ਅੱਜ ਵੀ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਪ੍ਰਤੱਖ ਬਹਿ ਕੇ ਭੋਜਨ ਛਕ ਰਿਹਾ ਹੈ, ਪ੍ਰਤੱਖ ਬਹਿ ਕੇ ਉਹ ਤੇਰੀ ਭਾਵਨਾ ਨੂੰ ਭਾਗ ਲਾ ਰਿਹਾ ਹੈ। ਭਾਵਨਾ ਨਹੀਂ ਨਾ ਬਣੀ ਸਾਡੀ, ਜੇ ਹਿਰਦੇ ਵਿੱਚ ਪਿਆਰ ਹੋਵੇ ਤੇ ਕਿਉਂ ਨਹੀਂ ਗੁਰੂ ਨਾਨਕ ਦਾ ਦਰਸ਼ਨ ਪ੍ਰਾਪਤ ਹੋਵੇਗਾ ਭਾਈ। ਉਹ ਤੇ ਹੈ ਹੀ ਗਰੀਬ ਨਿਵਾਜ, ਗਰੀਬ ਅਨਾਥ ਤੇਰਾ ਮਾਣਾ, ਗਰੀਬ ਅਨਾਥ ਤੇਰਾ ਮਾਣਾ, ਕਹਿਆ ਕਰਨਾ ਦਿੱਤਾ ਲੈਣਾ, ਗਰੀਬ ਅਨਾਥ ਤੇਰਾ ਮਾਣਾ, ਕਹਿਆ ਕਰਨਾ ਦਿੱਤਾ ਲੈਣਾ, ਗਰੀਬ ਅਨਾਥ ਤੇਰਾ ਮਾਣਾ। ਪਾਣੇ ਉਜੜ ਪਾਣੇ ਰਾਹਾ, ਭਾਣੇ ਹਰ ਗੁਣ ਗੁਰਮੁਖ ਗਾਵਾਹਾ, ਪਾਣੇ ਪਰਮ ਭਵੇ ਬਹੁ ਜੂਨੀ, ਸਭ ਕਿਛ ਤਿਸੈ ਰਜਾਈ ਜੀਓ, ਸਭ ਕਿਛ ਤਿਸੈ ਰਜਾਈ ਜੀਓ, ਕਹਿਆ ਕਰਨਾ
ਦਿੱਤਾ ਲੈਣਾ ਗਰੀਬ ਅਨਾਥਾਂ ਤੇਰਾ ਮਾਣਾ ਕਹਿਆ ਕਰਨਾ ਦਿੱਤਾ ਲੈਣਾ ਗਰੀਬ ਅਨਾਥਾਂ ਤੇਰਾ ਮਾਣਾ ਸਭ ਕੁਛ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਈ ਜੀਓ ਤੇਰੀ ਕੁਦਰਤ ਕੋ ਬਲ ਜਾਈ ਜੀਓ ਕਹਿਆ ਕਰਨਾ ਦਿੱਤਾ ਲੈਣਾ ਗਰੀਬ ਅਨਾਥਾਂ ਤੇਰਾ ਮਾਣਾ ਕਹਿਆ ਕਰਨਾ ਦਿੱਤਾ ਲੈਣਾ ਗਰੀਬ ਅਨਾਥਾਂ ਤੇਰਾ ਮਾਣਾ ਭਾਈ ਲਾਲੋ ਜੀ ਦੇ ਘਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਤਨੇ ਹੀ ਦਿਨ ਰੁਕੇ ਸਵੇਰੇ ਕੀਰਤਨ ਕਰਨਾ ਬੜੀ ਪਿਆਰ ਵਾਲੀ ਸੰਗਤ ਨੇ ਜੁੜਨਾ ਸ਼ਾਮਾਂ ਨੂੰ ਕੀਰਤਨ ਦੀਵਾਨ ਸਜਣੇ ਤੇ ਇਸੇ ਨਜ਼ਰ ਦਾ ਮਾਲਿਕ ਵੱਡਾ ਸਰਦਾਰ ਮਲਕ ਭਾਗੋ ਇਹ ਹਰ ਸਾਲ ਬ੍ਰਹਮ ਭੋਜ ਕਰਿਆ ਕਰਦਾ ਸੀ ਸਾਰਾ ਸਾਲ ਤੇ ਗਰੀਬਾਂ ਦੀ ਰਾਤ ਨਿਚੋੜਨੀ ਪਰ ਆਇਆ ਹੱਕ ਖਾਣਾ ਗਰੀਬਾਂ ਦੇ ਹੱਕ ਮਾਰਨੇ ਤੇ ਸਾਲ ਬਾਅਦ ਬ੍ਰਹਮ ਭੋਜ ਕਰਨਾ ਬੜੇ ਬੜੇ ਬ੍ਰਾਹਮਣ ਲੋਕ ਬੜੇ ਬੜੇ ਤਪੀਸ਼ਵਰ ਸਾਰਾ ਸ਼ਹਿਰ ਹੀ ਇਹਦੇ ਬ੍ਰਹਮ ਭੋਜ ਵਿੱਚ ਆ ਕੇ ਭੋਜਨ ਛਕੇ ਤੇ ਇਹਨੇ ਨਗਰ ਦੇ ਵਿੱਚ ਮੁਨਿਆਦੀ ਕਰਵਾ ਦੇਣੀ ਵੀ ਕੋਈ ਵੀ ਅੱਜ ਆਪਣੇ ਘਰ ਪ੍ਰਸ਼ਾਦਾ ਤਿਆਰ ਨਾ ਕਰੇ ਤੇ ਦੁੱਧ ਵੀ ਆਪਣੇ ਘਰ ਨਹੀਂ ਵਰਤਣਾ ਦੁੱਧ ਵੀ ਮਹਿਲਾਂ ਵਿੱਚ ਪਹੁੰਚਿਆ ਇੱਥੋਂ ਤੱਕ ਕਿ ਬੱਛਰੀਆਂ ਨੂੰ ਵੀ ਦੁੱਧ ਨਹੀਂ ਦੇਣਾ ਸਾਰਾ ਦੁੱਧ ਅੱਜ ਮਹਿਲਾਂ ਵਿੱਚ ਪਹੁੰਚਾਓ ਉੱਥੇ ਤਪਸ਼ਵੀਆਂ ਔਰ ਬੇਅੰਤ ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਜਾਣੇ ਹਨ ਭਾਈ ਲਾਲੋ ਜੀ ਦੇ ਕੰਨੀ ਆਵਾਜ਼ ਪਈ ਆਖਿਆ ਮਹਾਰਾਜ ਮੈਂ ਕਦੀ ਇਹਦੇ ਬ੍ਰਹਮ ਭੋਜ ਵਿੱਚ ਨਹੀਂ ਗਿਆ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਅਸੀਂ ਵੀ ਨਹੀਂ ਜਾਵਾਂਗੇ ਇੱਧਰ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਤੇ ਬੜੇ ਹੰਕਾਰ ਦੇ ਵਿੱਚ ਆ ਕੇ ਬੜਾ ਮਾਣ ਦੇ ਨਾਲ ਆਪਣੇ ਸਿਪਾਹੀਆਂ ਨੂੰ ਪੁੱਛ ਰਿਹਾ ਵੀ ਸਾਰਾ ਸ਼ਹਿਰ ਭੋਜਨ ਛੱਕ ਗਿਆ ਕੋਈ ਰਹਿ ਤੇ ਨਹੀਂ ਗਿਆ ਕਿਸੇ ਨੇ ਦੱਸਿਆ ਜੀ ਹੋਰ ਤੇ ਸਾਰੇ ਭੋਜਨ ਛੱਕ ਗਏ ਹਨ ਇੱਕ ਤੇ ਭਾਈ ਲਾਲੋ ਨਹੀਂ ਆਇਆ ਤੇ ਇੱਕ ਉਹਨਾਂ ਦੇ ਘਰ ਮਹਾਂਪੁਰਖ ਆਏ ਹੋਏ ਹਨ ਉਹ ਵੀ ਨਹੀਂ ਆਏ ਤੁਹਾਡੇ ਬ੍ਰਹਮ ਭੋਜ ਵਿੱਚ ਤੇ ਮਲਕ ਭਾਗੋ ਕਹਿਣ ਲੱਗਾ ਫਿਰ ਬੁਲਾਓ ਉਹਨਾਂ ਨੂੰ ਹਾਲੇ ਪਤਾ ਨਹੀਂ ਲੱਗਾ ਸੁਨੇਹਾ ਨਹੀਂ ਮਿਲਿਆ ਉਹਨਾਂ ਨੂੰ ਬੁਲਾ ਕੇ ਲਿਆਓ ਉਹਨਾਂ ਨੂੰ ਬ੍ਰਹਮ ਭੋਜ ਛਕਾਓ ਸਿਪਾਹੀ ਨੇ ਆ ਕੇ ਲਾਲੋ ਨੂੰ ਆਖਿਆ ਵੀ ਤੈਨੂੰ ਵੀ ਮਲਕ ਭਾਗੋ ਨੇ ਸੁਨੇਹਾ ਘੱਲਿਆ ਤੇ ਤੇਰੇ ਘਰ ਜੋ ਮਹਾਂਪੁਰਖ ਰੱਬ ਦੇ ਪਿਆਰੇ ਨਿਰੰਕਾਰੀ ਜੋਤ ਆਈ ਹੋਈ ਹੈ ਨਾ ਉਹਨਾਂ ਨੂੰ ਵੀ ਮਲਕ ਭਾਗੋ ਨੇ ਆਖਿਆ ਵੀ ਆਓ ਬ੍ਰਹਮ ਭੋਜ ਵਿੱਚ ਆਓ ਛਕੋ ਪ੍ਰਸ਼ਾਦ ਆਣ ਕੇ
ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬਈ ਮਲਕ ਭਾਗੋ ਨੂੰ ਕਹਿ ਦਿਓ ਅਸੀਂ ਤੇਰੇ ਬ੍ਰਹਿਮ ਭੋਜ ਵਿੱਚ ਨਹੀਂ ਖਾਣਾ, ਅਸੀਂ ਤੇ ਲਾਲੋ ਦਾ ਕੋਦਰੇ ਦੇ ਪ੍ਰਸ਼ਾਦੇ ਵਿੱਚ ਅੰਮ੍ਰਿਤ ਰਸ ਪ੍ਰਾਪਤ ਕਰ ਰਹੇ ਹਾਂ। ਸਿਪਾਹੀ ਨੇ ਆਣ ਕੇ ਦੱਸਿਆ ਤੇ ਮਲਕ ਭਾਗੋ ਇਤਨਾ ਕ੍ਰੋਧ ਵਿੱਚ ਆਇਆ ਬਈ ਮੈਂ ਕੋਈ ਮਾੜਾ ਕੰਮ ਕਰ ਰਿਹਾ, ਬ੍ਰਹਿਮ ਭੋਜ ਤੇ ਕੀਤਾ। ਆਖਿਆ ਉਹਨਾਂ ਨੂੰ ਪਕੜ ਕੇ ਲਿਆਓ ਤੇ ਮੇਰੇ ਸਵਾਲ ਦਾ ਜਵਾਬ ਦੇਣ ਆ ਕੇ ਬਈ ਕਿਉਂ ਨਹੀਂ ਸੀ ਆ ਰਹੇ। ਇੱਧਰ ਐਡੇ ਸੁੰਦਰ ਪਕਵਾਨ ਬਣੇ ਹੋਏ ਹਨ ਤੇ ਕੋਦਰੇ ਦੇ ਸੁੱਕੇ ਟੁੱਕਰ ਤੇ ਬੈਠੇ ਹਨ। ਉਹ ਕੋਦਰੇ ਦੀ ਸੁੱਕੀ ਰੋਟੀ ਜਿਹੜੀ ਸੰਘ ਥੱਲੋਂ ਵੀ ਨਹੀਂ ਲੈਂਦੀ। ਸਿਪਾਹੀਆਂ ਦਾ ਕੀ ਹੈ, ਉਹਨਾਂ ਨੇ ਮਾਲਿਕ ਦਾ ਹੁਕਮ ਸੁਣਾ ਦਿੱਤਾ ਤੇ ਲਾਲੋ ਕਹਿਣ ਲੱਗਾ ਜੀ ਬੜਾ ਜ਼ਾਲਿਮ ਹੈ ਤੇ ਮਤੇ ਤੁਹਾਨੂੰ ਕੋਈ ਤਕਲੀਫ ਨਾ ਦੇਵੇ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਵੀ ਕਰਤਾਰ ਤੇ ਭਰੋਸਾ ਰੱਖੋ, ਨਿਰੰਕਾਰ ਦੇ ਭਾਉ ਵਿੱਚ ਰਹੋਗੇ ਤੇ ਸੰਸਾਰੀ ਲੋਕਾਂ ਦਾ ਭਾਉ ਨਹੀਂ ਰਹੇਗਾ। ਨਿਰਭਉ ਜਪੈ ਸ਼ਗਲ ਭਉ ਮਿਟੈ, ਸਾਰੇ ਡਰ ਤੁਹਾਡੇ ਦੂਰ ਹੋ ਜਾਣਗੇ ਜਦੋਂ ਨਿਰਭਉ ਦੀ ਸ਼ਰਨ ਵਿੱਚ ਆ ਜਾਈਏ। ਚੱਲ ਬਈ ਲਾਲੋ, ਅੱਜ ਸੱਚ ਔਰ ਝੂਠ ਦਾ ਨਿਤਾਰਾ ਜੋ ਹੋਣਾ ਹੋਇਆ ਤੇ ਇੱਕ ਕੋਦਰੇ ਦਾ ਪ੍ਰਸ਼ਾਦਾ ਵੀ ਆਪਣੇ ਨਾਲ ਲੈ ਲਈ। ਕਹਿਣ ਲੱਗਾ ਜੀ ਹੁਣ ਨਹੀਂ ਬਣਾਇਆ ਹਲੇ, ਰਾਤ ਵਾਲਾ ਪਿਆ, ਹੁਕਮ ਕਰੋ ਤੇ ਲੈ ਲਵਾਂ। ਆਖਿਆ ਉਹੀ ਲੈ ਲੈ, ਅੱਜ ਉਹੀ ਅੰਮ੍ਰਿਤ ਦੇ ਰਸ਼ ਵਿੱਚ ਭਰਪੂਰ ਹੋਵੇਗਾ ਤੇ ਜਾਂ ਗੁਰੂ ਨਾਨਕ ਮਹਾਰਾਜ ਮਲਕ ਭਾਗੋ ਦੇ ਪਾਸ਼ਾਣ ਪਹੁੰਚੇ ਤੇ ਉਹਨੇ ਪਹਿਲਾ ਪ੍ਰਸ਼ਨ ਹੀ ਇਹ ਕੀਤਾ ਬਈ ਤੁਸੀਂ ਮੇਰੇ ਬ੍ਰਹਿਮ ਭੋਜ ਵਿੱਚ ਕਿਉਂ ਨਹੀਂ ਆਏ, ਮੈਂ ਤੁਹਾਨੂੰ ਸੁਨੇਹਾ ਵੀ ਕੱਲਿਆ ਤੇ ਫਿਰ ਵੀ ਤੁਸੀਂ ਦਰਸ਼ਨ ਨਹੀਂ ਦਿੱਤੇ ਤੇ ਮੈਨੂੰ ਕਹਿੰਦੇ ਹੋ ਵੀ ਮੈਂ ਗਰੀਬਾਂ ਦੀ ਰਾਤ ਨਿਚੋੜੀ ਹੈ, ਗਰੀਬਾਂ ਦਾ ਹੱਕ ਮਾਰ ਕੇ ਇਹ ਸਾਰਾ ਬ੍ਰਹਿਮ ਭੋਜ ਕੀਤਾ, ਕੀ ਤੁਸੀਂ ਵਿਖਾ ਸਕਦੇ ਹੋ ਮੈਂ ਕਿਹੜੀ ਗਰੀਬਾਂ ਦੀ ਰਾਤ ਨਿਚੋੜੀ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਲਕ ਭਾਗੋ ਵਿਖਾ ਵੀ ਸਕਦੇ ਹਾਂ, ਆ ਜਿਹੜੇ ਤੂੰ ਮਾਲ ਪੂੜੇ ਤਿਆਰ ਕੀਤੇ ਨੇ ਇਹਨਾਂ ਨਾਲ ਕੰਨ ਲਾ ਕੇ ਵੇਖ, ਇਹਦੇ ਵਿੱਚ ਤੇ ਕੁਰਲਾਹਟਾਂ ਮੱਚੀਆਂ ਹੋਈਆਂ ਨੇ ਬਈ। ਜਿਨ੍ਹਾਂ ਬਛੜਿਆਂ ਨੂੰ ਅੱਜ ਦੁੱਧ ਨਹੀਂ ਮਿਲਿਆ ਉਹ ਵਿਚਾਰੇ ਕੁਰਲਾਉਂਦੇ ਬੈਠੇ ਹਨ, ਉਹ ਗਰੀਬਾਂ ਦੇ ਘਰ ਅੱਜ ਕੁਰਲਾਹਟਾਂ ਮੱਚੀਆਂ ਹੋਈਆਂ ਨੇ ਤੇ ਤੂੰ ਕੀਤਾ ਬ੍ਰਹਿਮ ਭੋਜ, ਦੱਸ ਫਿਰ ਅਸੀਂ ਕਿਵੇਂ ਆ ਜਾਈਏ। ਮਲਕ ਭਾਗੋ ਨੇ ਆਖਿਆ ਪ੍ਰਤੱਖ ਵਿਖਾ ਦਿਓ ਨਹੀਂ ਤੇ ਤੁਸੀਂ ਦੰਡ ਦੇ ਅਧਿਕਾਰੀ ਹੋ, ਸਜ਼ਾ ਦਿੱਤੀ ਜਾਏਗੀ ਤੁਹਾਨੂੰ। ਗੁਰੂ ਨਾਨਕ ਸਾਹਿਬ ਨੇ ਆਖਿਆ ਲਾਲੋ ਜੀ ਲਿਆਓ ਸੁੱਕਾ ਪ੍ਰਸ਼ਾਦਾ ਤੇ ਮਹਾਰਾਜ ਨੇ ਇੱਕ ਹੱਥ ਵਿੱਚ ਕੋਦਰੇ ਦਾ ਸੁੱਕਾ ਪ੍ਰਸ਼ਾਦਾ ਰੱਖਿਆ ਤੇ ਇੱਕ ਹੱਥ ਵਿੱਚ ਉਹ ਤਸ਼ਮਈਆਂ ਜੋ ਮਲਕ ਭਾਗੋ ਦੀਆਂ ਤਿਆਰ ਕੀਤੀਆਂ ਹੋਈਆਂ ਸਨ ਤੇ ਅੱਜ ਮਲਕ ਭਾਗੋ ਨੂੰ ਆਖਿਆ ਵੀ ਆ ਵੇਖ ਤੇਰੇ ਮਾਲ ਪੂੜੇ ਤਸ਼ਮਈਆਂ, ਇਹਨਾਂ ਦੇ ਵਿੱਚੋਂ ਖੂਨ ਦੀਆਂ ਤਾਰਾਂ ਵਹਿ ਰਹੀਆਂ ਹਨ, ਲਹੂ ਦੀਆਂ ਤਾਰਾਂ ਪ੍ਰਤੱਖ ਕਰਕੇ ਵਿਖਾ ਦਿੱਤੀਆਂ ਗੁਰੂ ਨਾਨਕ ਮਹਾਰਾਜ ਜੀ ਨੇ, ਗਰੀਬਾਂ ਦਾ ਹੱਕ ਜੋ ਮਾਰਿਆ ਸੀ ਉਸਨੇ ਬਈ। ਕਹਿਣ ਲੱਗੇ ਤੇਰੀ ਕਮਾਈ ਤੇ ਰੱਤ ਪੀਣ ਦਾ ਹੈ, ਹੱਕ ਪਰਾਇਆ ਨਾਨਕਾ ਉਹ ਸ਼ੂਰ ਉਸ ਗਾਏ, ਇਹ ਤੇ ਬਈ ਰੱਤ ਪੀਣ ਦੇ ਬਰਾਬਰ ਹੈ ਜਿਹੜਾ ਤੇਰੀਆਂ ਤਸ਼ਮਈਆਂ ਖਾ ਰਿਹਾ ਤੇ ਲਾਲੋ ਦਾ ਪ੍ਰਸ਼ਾਦਾ, ਉਹ ਸੁੱਕਾ ਪ੍ਰਸ਼ਾਦਾ ਉਹਦੇ ਵਿੱਚ ਦੁੱਧ ਵਹਿ ਤੁਰਿਆ। ਆਖਿਆ ਇਹ ਅੰਮ੍ਰਿਤ ਦੀ ਕਮਾਈ ਹੈ, ਇਹ ਤੇ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸੱਤ ਵਿਵਹਾਰ, ਸੱਚ ਦੇ ਵਿਹਾਰ ਦੀ ਇਹ ਕਮਾਈ ਹੈ। ਓਏ ਮਲਕ ਭਾਗੋ,
ਦਸ਼ਾਨੂਆਂ ਦੀ ਕਿਰਤ ਕਰਕੇ ਜਿਹੜੇ ਖਾਂਦੇ ਹਨ ਨਾ ਉਹ ਅੰਮ੍ਰਿਤ ਖਾਂਦੇ ਹਨ, ਅੰਮ੍ਰਿਤ ਛੱਕ ਰਹੇ ਹਨ। ਤੇ ਜਿਹੜੇ ਤੇਰੇ ਵਾਂਗ ਵੱਲ ਛਲ ਕਰਕੇ ਕਮਾਈ ਇਕੱਠੀ ਕਰਕੇ ਲੈ ਆਉਂਦੇ ਹਨ, ਮਾਨੋ ਉਹ ਆਪ ਵੀ ਰਤ ਪੀ ਰਹੇ ਹਨ ਤੇ ਉਹਨਾਂ ਦਾ ਪਰਿਵਾਰ ਵੀ ਰਤ ਪੀ ਰਿਹਾ। ਉਚਾਰ ਕਰੋ ਸ਼੍ਰੀ ਵਾਹਿਗੁਰੂ। ਰਿਸ਼ਵਤ ਖਾਣਾ ਵੀ ਮਹਾਂਪੁਰਖ ਕਿਹਾ ਕਰਦੇ ਸਨ ਜ਼ਹਿਰ ਦਾ ਰੂਪ ਹੁੰਦੀ ਹੈ। ਤੂੰ ਆਪ ਆਪਣੇ ਪਰਿਵਾਰ ਨੂੰ ਜ਼ਹਿਰ ਦੇ ਰਿਹਾ ਤੇ ਫਿਰ ਕਹਿੰਦੇ ਵੀ ਮੇਰੇ ਬੱਚੇ ਮੇਰਾ ਹੁਕਮ ਨਹੀਂ ਮੰਨਦੇ, ਮੇਰੇ ਬੱਚੇ ਭੈੜੀ ਸੰਗਤ ਵਿੱਚ ਚਲੇ ਗਏ। ਉਹਨੂੰ ਇਹ ਤੂੰ ਰਿਸ਼ਵਤ ਦਾ ਜ਼ਹਿਰ ਤੇ ਆਪ ਉਹਨਾਂ ਨੂੰ ਖਵਾਇਆ। ਜੇ ਤੂੰ ਦਸ਼ਾਨੂਆਂ ਦੀ ਕਿਰਤ ਕਰਕੇ ਖਵਾਉਂਦਾ ਤੇ ਅੱਜ ਤੇਰੇ ਬੱਚੇ ਵੀ ਗੁਰਮੁਖ ਹੁੰਦੇ, ਮਨਮੁਖ ਨਹੀਂ ਸਨ ਹੋਣੇ। ਬਾਈ ਮਲਕ ਭਾਗੋ ਨੇ ਅੱਖੀ ਤੱਕਿਆ, ਚਰਨਾਂ ਤੇ ਡਹਿ ਪਿਆ, ਮਹਾਰਾਜ ਖਿਮਾ ਬਖਸ਼ਿਓ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵੀ ਗਰੀਬਾਂ ਦੀ ਗੁਰੂ ਨਾਨਕ ਅਕਾਲ ਪੁਰਖ ਵਾਹਿਗੁਰੂ ਪਹੁੰਚ ਕਰਦਾ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡੀਆਂ ਸਿਉ ਕਿਆ ਰੀਸ਼। ਆਖਿਆ ਵੀ ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼ ਹੈ, ਉੱਥੇ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਵਰਤ ਰਹੀਆਂ ਨੇ। ਮਲਕ ਭਾਗੋ ਜੀ ਵੰਡ ਕੇ ਛਕੋ, ਕਿਉਂਕਿ ਵੰਡ ਕੇ ਖਾਣਾ ਹੀ ਬੰਦਗੀ ਹੈ, ਵੰਡ ਕੇ ਖਾਣਾ ਹੀ ਨਿਰੰਕਾਰ ਦੀ ਭਗਤੀ ਕਰਨਾ ਹੈ। ਇਸ ਲਈ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਗਰੀਬਾਂ ਅਨਾਥਾਂ ਤੇਰਾ ਮਾਣਾ ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ ਕਹਿਆ ਕਰਨਾ ਦਿੱਤਾ ਲੈਣਾ, ਗਰੀਬ ਅਨਾਥਾਂ ਤੇਰਾ ਮਾਣਾ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ, ਅਗਮ ਅਗੋਚਰ ਬਿਆੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਓ, ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਕਹਿਆ ਕਰਨਾ ਦਿੱਤਾ ਲੈਣਾ, ਗਰੀਬ ਅਨਾਥਾਂ ਤੇਰਾ ਮਾਣਾ ਕਹਿਆ ਕਰਨਾ ਦਿੱਤਾ ਲੈਣਾ, ਗਰੀਬ ਅਨਾਥਾਂ ਤੇਰਾ ਮਾਣਾ। ਖਾਕ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇ
ਮਨ ਆਘਾਵੇ ਨਾਨਕ ਮਿਲਣ ਸ਼ੁਭਾਈ ਜੀਓ ਨਾਨਕ ਮਿਲਣ ਸ਼ੁਭਾਈ ਜੀਓ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਸਭ ਕੁਛ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਈ ਜੀਓ ਤੇਰੀ ਕੁਦਰਤ ਕੋ ਬਲ ਜਾਈ ਜੀਓ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਗਰੀਬ ਅਨਾਥਾਂ ਤੇਰਾ ਮਾਣਾ ਗਰੀਬ ਅਨਾਥਾਂ ਤੇਰਾ ਮਾਣਾ ਤੇਰਾ ਮਾਣਾ ਤੇਰਾ ਮਾਣਾ ਚਤੁਰ ਦਿਸ਼ਾ ਕੀ ਮੋਹ ਬਲ ਆਪਣੇ
ਟਾਕ ਆਪ ਲੋਕ ਨਕੀਨੋ ਦਾਸ ਕਾ ਦੁੱਖ ਬਿਦਾਰਿਓ ਦਾਸ ਕਾ ਦੁੱਖ ਬਿਦਾਰਿਓ ਜੋ ਮੰਗੇ ਠਾਕੁਰ ਆਪਣੇ ਦੇ ਸੋਈ ਸੋਈ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਜੋ ਮੰਗੇ ਠਾਕੁਰ ਆਪਣੇ ਸੋਈ ਸੋਈ ਆਪਣੇ।